श्री गुरु ग्रंथ साहिब जी के 328 पावन स्वरूपों के मामले में वख-वख जथेबंदियों वालों श्री अकाल तख्त साहिब विखे एकत्रता की जा रही है, जिस विच गर्म ख्याली जथेबंदियों के नुमाइंदे भी हाजिर हुए हैं। इस मौके जथेदार भाई ध्यान सिंह मंड ने कहा कि श्रोमणी कमेटी नूं एक एक पावन स्वरूप का हिसाब देना पवेगा और जेकर वह अजिहा नहीं करती तो सिख संगत के गुस्से का सामना करना पवेगा। सारा सिख पंथ थले करो माड़ी उस गल के उ पैरा ग्रंथ साहब की बिद भी भावें बरगाड़ी हो भावें 328 स्वरूपों की इतने हो बड़ी स्पष्ट जी गल कि श्रोमणी गुरद्वारा प्रबंधक कमेटी ईमानदारी के नाल इस रूप एक एक का हिसाब किताब देना पैदा कितने गए ने कितने पे ने बेदबी हुई है जां वेचे ने एदेविच संगत का कोई कसूर नहीं गा जिहड़ी आ चाहिए संगत ने तो वोटां पा के सेवा दित्ती ये सांभ संभाल करनी श्रोमणी गुरद्वारा प्रबंधक कमेटी का फर्ज आ और ये गल उठी ਪਰੇ ਲੈ ਜਾ ਯਾਰ ਕੌਣ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਕੌਣ ਆ 328 ਰੂਪ ਸਦਾ ਪਛਾਣ ਤੇ ਫਿਰ ਅਸੀਂ ਅੱਜ ਪੁੱਛਦੇ ਆ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਛੇਤੀ ਛੇਤੀ ਹਿਸਾਬ ਕਿਤਾਬ ਦੇ ਦਿਓ ਸਿੱਖ ਸੰਗਤਾਂ ਦਾ ਲੋ ਮੰਗਣੀ ਹੈ ਖਾਲਸਾ ਪੰਥ ਇਹ ਬਰਦਾਸ਼ਤ ਨਹੀਂ ਕਰ ਸਕਦਾ ਜੀ ਪਰ ਇਹਨਾਂ ਦੇ ਕੰਨ 'ਤੇ ਜੋ ਨਹੀਂ ਕਰਕੇ ਕਦੇ ਜਥੇਦਾਰ ਕੋਲ ਫੈਸਲਾ ਕਦੇ ਸ਼੍ਰੋਮਣੀ ਕਮੇਟੀ ਕੋਲ ਫੈਸਲਾ ਕਦੇ ਤੁਸੀਂ ਡਾਂਗਾ ਚੁੱਕ ਲਈਆਂ ਕਦੇ ਤੁਸੀਂ ਗੇਟ ਬੰਦ ਕਰ ਲਏ ਇਹ ਕੋਈ ਤਰੀਕਾ ਠੀਕ ਨਹੀਂ ਗਾ ਜਿਹੜਾ ਲੋਕਤੰਤਰ ਦਾ ਤੀਜਾ ਥੰਮ ਹੁੰਦੀ ਹੈ ਪ੍ਰੈਸ ਉਹਨੂੰ ਵੀ ਤੁਸੀਂ ਨਹੀਂ ਬਖਸ਼ਦੇ ਕੀ ਗੱਲ ਹੈ ਜੇ ਤੁਸੀਂ ਸੱਚੇ ਆ ਪ੍ਰੈਸ ਨੂੰ ਆਵਾਜ਼ ਮਾਰੋ ਅਤੇ ਆਓ ਤੁਸੀਂ ਦੇਖੋ ਕੌਣ ਸੱਚਾ ਕੌਣ ਝੂਠਾ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਵੋਟ ਕਰ ਰਹੇ ਨੇ ਉਹ ਝੂਠੇ ਨੇ ਜੇ ਫੈਸਲਾ ਤਾਂ ਪ੍ਰੈਸ ਨੇ ਕਰਨਾ ਹੁੰਦਾ ਪ੍ਰੈਸ ਦੀ ਗੱਲ ਪੂਰੀ ਦੁਨੀਆ ਕੋਲ ਜਾਂਦੀ ਜਿਹੜੇ ਅੱਜ ਇੱਥੇ ਨਹੀਂ ਆ ਰਹੇ ਜਿਹੜੇ ਅੱਜ ਇੱਥੇ ਹਾਜ਼ਰ ਨਹੀਂ ਡੇ ਟੂ ਡੇ ਵਿੱਚ ਬੈਠੇ ਦੇ ਸੰਗਤਾਂ ਉਹਨਾਂ ਨੂੰ ਤਾਂ ਪ੍ਰੈਸ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਪਤਾ ਲੱਗਣਾ ਪਰ ਇਹ ਕੀ ਤਰੀਕਾ ਹੈ ਸੋ ਕੋਈ ਗੱਲ ਨਹੀਂ ਸਾਰਾ ਪੰਥ ਅੱਜ ਇਕੱਠਾ ਹੋ ਰਿਹਾ ਹੈ ਅਤੇ ਕੋਈ ਪੰਥ ਦੇ ਹੱਕ ਵਿੱਚ ਕੌਮ ਦੇ ਹੱਕ ਵਿੱਚ ਜਿਹੜਾ ਫੈਸਲਾ ਲਵਾਂਗੇ ਉਸ ਫੈਸਲੇ ਦੇ ਮੁਤਾਬਕ ਪੰਥ ਦੇ ਸਾਹਮਣੇ ਕੌਮ ਦੇ ਸਾਹਮਣੇ ਇਹ ਤਾਂ ਕੋਈ ਵੀ ਚੀਜ਼ ਨਹੀਂ ਹੈਗੇ ਜਿਹੜੇ ਅਹੁਦੇਦਾਰ ਨੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈਗਾ ਜੇ ਸ਼੍ਰੋਮਣੀ ਕਮੇਟੀ ਨੇ ਸਜ਼ਾ ਦੇਣ ਦੀ ਵੀ ਗੱਲ ਕੀਤੀ ਤਾਂ ਛੋਟੇ ਮੁਲਾਜ਼ਮਾਂ ਨੂੰ ਲੈ ਕੇ ਜ਼ਿੰਮੇਵਾਰ ਕੁਰਸੀਆਂ ਦੇ ਉੱਤੇ ਬੈਠੇ ਜਿਹੜੇ ਨੇ ਕੋਈ ਵੀ ਐਡੀ ਵੱਡੀ ਗੱਲ ਨਹੀਂ ਪੰਥ ਨਾਲ ਕੁਛ ਨਹੀਂ ਵੱਡਾ ਹੁੰਦਾ ਅਸੀਂ ਅੱਜ ਵੀ ਕਹਿੰਦੇ ਹਾਂ ਕਿ ਪਿਆਰ ਦੇ ਨਾਲ ਆਓ ਸਾਰੇ ਤੁਸੀਂ ਸਾਡੇ ਕੋਲ ਬੈਠੇ ਅਤੇ ਆ ਕੇ ਆਪਣੀ ਗਲਤੀ ਮੰਨੋ ਅਤੇ ਆ ਕੇ ਦੱਸੋ ਕਿ ਸਾਡੇ ਤੋਂ ਗਲਤੀ ਤੋਂ ਪੰਥ ਸਾਨੂੰ ਸਜ਼ਾ ਲਵੇ ਜਾਂ ਪੰਥ ਸਾਨੂੰ ਮਾਫ਼ ਕਰੇ ਫਿਰ ਪੰਥ ਵੱਟੂਗਾ ਕੀ ਕਰਨਾ ਸੋ ਇਸ ਕਰਕੇ ਅੱਜ ਅਸੀਂ ਆਏ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸਰਕਾਰ ਕਮੇਟੀਆਂ ਸੋ ਦੇਖਦੇ ਹਾਂ ਕੀ ਫੈਸਲਾ ਤੁਸੀਂ ਮੰਨਦੇ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਵਿੱਚ ਸਿਆਣੇ ਵੀ ਬੰਦੇ ਬਹੁਤ ਨੇ ਐਂ ਨਹੀਂ ਕਿਹਾ ਜਾ ਸਕਦਾ ਗੁਰੂ ਨੂੰ ਮੰਨਣ ਵਾਲੇ ਵੀ ਬਹੁਤ ਨੇ ਗੁਰੂ ਦੇ ਡਰ ਭੈਰ ਵਾਲੇ ਵੀ ਬਹੁਤ ਨੇ ਪਰ ਮੈਨੂੰ ਲੱਗਦਾ ਅੰਮ੍ਰਿਤਸਰ ਤੋਂ ਸਨੀ ਸਹੋਤਾ ਦੀ ਰਿਪੋਰਟ।